ਅਮਰੀਕਾ ਦੇ ਸੰਸਦ ਦੀ ਕੰਪਲੈਕਸ ਦੇ ਵਿੱਚ 6 ਜਨਵਰੀ 2021 ਨੂੰ ਹੋਈ ਬਗਾਵਤ ਦੇ ਸਬੰਧ ਦੇ ਵਿੱਚ ਸਰਕਾਰ ਵਿਰੋਧੀ ਕੱਟੜਪੰਥੀ ਸਮੂਹ ਓਥ ਕੀਪਰਸ ਦੇ 4 ਮੈਂਬਰਾਂ ਨੂੰ ਦੇਸ਼ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਇਨ੍ਹਾਂ ਵਿਅਕਤੀਆਂ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਤਾਕਤ ਦੇ ਨਾਲ ਸੱਤਾ ਵਿੱਚ ਰੱਖਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ ਜੋ ਚੋਣਾ ਹਾਰ ਕੇ ਸਨ 플로리ਡਾ ਦੇ ਜੋਸੋਫ ਹੈਕੇ ਟੈਕਸਾਸ ਦੇ ਰੋਬਰਟ ਮਿੰਟਾ 플로리ਡਾ ਦੇ ਡੇਵਿਡ ਮੋਰਸ਼ੇਲ ਅਤੇ ਫਿਨਿਕਸ ਦੇ ਐਡਵਰਡ ਵੈਲੇਜ਼ੋ ਖਿਲਾਫ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਇੱਕ ਜੱਜ ਨੇ ਪਹਿਲਾਂ ਮਿਲੀਸ਼ੀਆ ਉਥ ਕੀਪਰ ਤੇ ਨੇਤਾ ਟਿਵਰ ਰੋਡਸ ਨੂੰ ਰਾਸ਼ਟਰਪਤੀ ਜੋ ਵਾਈਡਨ ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਸੀ ਇਹ ਫੈਸਲਾ ਨਿਆਂ ਵਿਭਾਗ ਲਈ ਇੱਕ ਹੋਰ ਜਿੱਤ ਹੈ ਜੋ ਯੂਐਸ ਦੇ ਸੱਜੇਪੱਖੀ ਪ੍ਰਾਊਡ ਬॉयਜ਼ ਗਰੁੱਪ ਦੇ ਸਾਬਕਾ ਨੇਤਾ ਐਂਡਰਿਕ ਟੈਰੀਓ ਅਤੇ ਚਾਰ ਹੋਰ ਸਹਿਯੋਗੀਆਂ ਦੇ ਵਿਰੁੱਧ ਦੇਸ਼ ਧਰੋਹ ਦੇ ਮਕਦਮੇ ਦੀ ਪੈਰਵੀ ਕਰ ਰਿਹਾ ਹੈ ਹਾਲਾਂਕਿ ਅਜੇ ਜੱਜ ਨੇ ਸਜ਼ਾ ਸੁਣਾਉਣ ਦਾ ਤਰੀਕਾ ਐਲਾਨ ਨਹੀਂ ਕੀਤਾ ਵਕੀਲਾਂ ਦੇ ਅਨੁਸਾਰ ਉਥ ਕੀਪਰ ਸਨੇਤਾ ਸਟੀਵਰਟ ਰੋਡਜ਼ ਅਤੇ ਉਸਦੇ ਘਟਰੜ ਪੰਤੀਆਂ ਨੇ 2020 ਦੀਆਂ ਚੋਣਾਂ ਦੇ ਤੁਰੰਤ ਬਾਅਦ 트ੰਪ ਨੂੰ ਸੱਤਾ ਵਿੱਚ ਰੱਖਣ ਦੇ ਲਈ ਇੱਕ ਹਥਿਆਰਬੰਦ ਵਿਕਾਵਤ ਤਿਆਰ ਕੀਤੀ ਕਈ ਦਹਾਕੀਆਂ ਪਿੱਛੋਂ ਦੇਸ਼ ਤਰੋਦੀਨ ਕਿਸੇ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਬਾਅਦ ਤੋਂ ਬਾਅਦ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ